ਡਰਾ ਬੂਏਂਟ ਹੋਇਆ ਮਲਾ ਆ। ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਮਾਣਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ। ਮੱਲੀਆਂ ਪਿੰਡ ਬਿਲਕੁਲ ਨਜ਼ਦੀਕ, ਸੁਰ ਸਿੰਘ ਪਿੰਡ ਬਿਲਕੁਲ ਲੱਗ ਗਿਆ ਦੋਸਤੋ, ਭੁੱਚਰ ਪਿੰਡ ਦੀ ਥੋੜ੍ਹੀ ਦੂਰੀ ਆ। ਵੀਰ ਨਿਸ਼ਾਨ ਸਿੰਘ ਹੁਣ ਦੇ ਕੋਲ ਆਇਆ ਦੋਸਤੋ, ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ। ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ, ਜਦੋਂ ਪਸ਼ੂ ਦੋਸਤੋ ਨਵਾਂ ਨਿਕਲਦਾ ਤੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕਰ ਦਿੰਦਾ। ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ, ਦੋ ਵੈੜਾ ਗੱਬਣ, ਇੱਕ ਸੂਈ ਸਵਾਈ ਜਰਸੀ ਵੈੜ ਦਿਖਾਵਾਂਗੇ ਤੁਹਾਨੂੰ। ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਬਣੇ ਰਹੋ, ਐਂਡ ਤੱਕ ਜੁੜੇ ਰਹੋ, ਤਾਂ ਜੋ ਪੂਰੀ ਜਾਣਕਾਰੀ ਆ, ਪੂਰੀ ਇਨਫੋਰਮੇਸ਼ਨ ਆ, ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਸੋ ਵੀਡੀਓ ਦੋਸਤੋ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆ ਇਹ ਵੀਡੀਓ ਆ ਸਕੇ, ਇਹ ਨਵੇਂ ਪਸ਼ੂ ਜਿਹੜੇ ਆ ਉਹਨਾਂ ਦੀ ਬਿਲਕੁਲ ਸੰਪਰਕ, ਉਹਨਾਂ ਦੀ ਪਹੁੰਚ ਵਿੱਚ ਆ ਸਕਣ। ਅੱਜ ਤਰੀਕ ਦੋਸਤੋ 1 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਕੋਈ ਸ਼ਾਮ ਦੇ 4 ਸਾਢੇ 4 ਵਜੇ ਦਾ। ਦੋ ਬੈੜਾਂ ਗੱਬਣ, ਇੱਕ ਸੂਈ ਸਵਾਈ, ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਆਓ ਚੱਲਦੇ ਹਾਂ ਵਧੇਰੇ ਡਿਟੇਲ ਦੇ ਲਈ। ਸਭ ਤੋਂ ਪਹਿਲਾਂ ਵੀਰ ਨਿਸ਼ਾਨ, ਸਤਿ ਸ੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਜੀ? ਬਹੁਤ ਵਧੀਆ ਨਿਸ਼ਾਨ, ਠੀਕ ਠਾਕ ਜੀ? ਵਧੀਆ ਵੀਰ ਜੀ, ਵਧੀਆ। ਲੈ ਵੀ ਨਿਸ਼ਾਨ ਵੀਰ, ਇੱਕ ਸੀਜਨ ਸੂਜਨ ਕਰਕੇ ਥੋੜਾ ਜਿਹਾ, ਵੈਸੇ ਵੀ ਉਹਨਾਂ ਦਾ ਕੰਮ ਛੱਡਿਆ ਸੀਗਾ। ਹਾਂਜੀ, ਬ੍ਰੇਕ ਜੀ ਲੱਗੀ ਥੋੜੀ ਨਾ, ਠੀਕ ਆ ਜੀ, ਝਾਨੇ ਕਰਕੇ ਜੀ। ਠੀਕ ਆ, ਹਾਂਜੀ, ਤੇ ਝੋਨੇ ਝਾਨੇ ਲੱਗ ਗਏ ਹੁਣ ਫਿਰ? ਹਾਂਜੀ ਹਾਂਜੀ, ਲੱਗ ਗਏ। ਠੀਕ ਆ ਭਰਾ। ਲੈ ਵੀ ਨਿਸ਼ਾਨ, ਅੱਜ ਆਪਣੇ ਕੋਲ ਜਿਹੜੇ ਐਨੀਮਲ ਆ ਵੀਰ, 3 ਪਸ਼ੂ ਆ। ਹਾਂਜੀ ਹਾਂਜੀ, 2 ਗੱਭਣੇ ਆ ਜੀ ਤੇ 1 ਸੂਈ ਆ ਜਰਸੀ। ਠੀਕ ਆ ਜੀ। ਹਾਂਜੀ, ਤੇ ਜਿਹੜੀ ਜਰਸੀ ਸੂਈ ਆ ਉਹ ਵੀ ਅੱਜ ਭਲਕੀ ਸੂਈ ਆ? ਹਾਂਜੀ ਜੀ, ਉਹ ਕੱਲ ਹੀ ਸੂਈ ਆ, ਸ਼ਾਮੀ ਪਹਿਲੀ ਚਵਾਈ ਸਵੇਰੇ ਹੋਈ ਉਹਦੀ ਜੀ। ਠੀਕ ਆ ਜੀ। ਲਓ ਦੋਸਤੋ, ਇੱਕ ਜਿਹੜੀ ਬੈਡ ਦੋਸਤੋ ਮੈਂ ਜ਼ਿਕਰ ਕੀਤਾ ਸੀਗਾ, ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗੇ। ਜਰਸੀ ਬਰੀਡ ਦੇ ਵਿੱਚ ਆ ਸੂਈ ਆ ਤਾਜੀ, ਤੇ 2 ਗੱਭਣ ਬੈੜਾਂ ਤੋਂ ਆਪਾਂ ਸ਼ੁਰੂਆਤ ਕਰਾਂਗੇ। ਨਿਸ਼ਾਨ ਪਹਿਲੇ ਨੰਬਰ ਤੋਂ ਵੀਰ, ਜਿਹੜੀ ਆ ਬੈਡ ਕੀ ਹਾਂਜੀ, ਡਿਟੇਲ ਆ ਵੀਰ ਇਹਦੀ? ਇਹ ਵੀਰ ਜੀ ਦੂਜੇ ਸੂਹੇ ਸੁਣੀ ਆ ਇਰਕਾ ਬੈਡ। ਹਾਂਜੀ, ਤੇ ਬਾਕੀ ਠੰਡੀ ਠੁੰਡੀ ਬੜੀ ਜ਼ਿਆਦੀ ਆ, ਥਣ ਭਾਂਡੇ ਦੀ ਵੀ ਖੁੱਲੀ ਆ। ਪਹਿਲੇ ਸੂਹੇ 18 ਕਿਲੋ ਦਾ ਰਿਕਾਰਡ ਸੀ ਜੀ ਇਹਦਾ, ਪਹਿਲਣ ਦਾ। ਹਾਂਜੀ, ਪਹਿਲਣ ਦਾ। ਠੀਕ ਆ ਜੀ। ਤੇ ਦੂਜੇ ਸੂਹੇ ਸੁਣਾ ਇਹਨੇ ਬੈਡ ਨੇ, ਠੀਕ ਆ ਜੀ, 20-22 ਕਿਲੋ ਦੁੱਧ ਭਰੂਗੀ। ਠੀਕ, ਅੱਜ ਸਮਾਂ ਕਿੰਨਾ ਗਜ ਲੈ ਜੂ? ਸਮਾਂ ਵੀਰ ਜੀ ਵੇਖੋ, ਉਹਦਾ ਦਿਨ ਦੇ ਹਿਸਾਬ ਨਾਲ ਪੂਰੀ ਆ, ਅੱਜ ਭਲਕ ਸੂਕੂਗੀ। ਠੀਕ ਆ, ਉਹ ਤਿਆਰੀ ਵਾਲੀ ਹੈ? ਹਾਂਜੀ, ਤਿਆਰੀ ਵਾਲੀ, ਬਿਲਕੁਲ। ਠੀਕ ਆ ਜੀ। ਤਾਂ ਤੁਸੀਂ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਮੈਂ ਤੁਹਾਨੂੰ ਇਹਦਾ ਦਿਖਾ ਦਿੰਦਾ, ਵੀ ਫੁੱਲ ਵੱਡੇ ਕੱਦ ਬੋਤ ਵਿੱਚ ਆ। ਨੋਰਮਲੀ ਇੱਕ ਆਪਾਂ ਪੂਰਾ ਵੱਡੀਆਂ ਬੈੜਾਂ ਦਾ ਸਾਈਜ਼ ਦੇਖਦੇ ਹਾਂ, ਸਟੈਂਡਰਡ ਸਾਈਜ਼ ਆ, ਵੱਡੇ ਕੱਦ ਕਾਠ ਦੇ ਵਿੱਚ ਆ, ਤੇ ਠੱਡੀ ਧੀਰੀ ਆ, ਸੀਲ ਸਲੱਕ ਪੂਰੀ ਆ। ਤਾਂ ਵੀਰ ਨਿਸ਼ਾਨ ਕਹਿੰਦਾ ਵੀ ਪਹਿਲਾਂ ਸੂਬਿਆਂ ਦੇ ਦੌਰਾਨ ਵੀ ਦੋਸਤੋ 20 ਤੋਂ ਪਲੱਸ ਮਿਲਕਿੰਗ ਕਰਵਾਈ ਆ, ਤੇ ਇਸ ਵਾਰ ਵੀ ਬਿਹਾਵ ਪਿਛਲੇ ਸੂਬਿਆਂ ਦੇ ਬਿਹਾਵ ਤੇ ਤੁਸੀਂ ਸੌਦਾ ਕਰ ਸਕਦੇ ਜੇ ਵੀ 20 ਲੀਟਰ ਜਾਂ 20 ਤੋਂ ਪਲੱਸ ਜਾਂ 20 ਲੀਟਰ ਤੱਕ ਜਿਹੜੀ ਆ ਮਿਲਕ ਚਵਾ ਦੂਗੀ। ਵੱਡੀ ਵੈੜ ਸੰਧੂ ਸਾਹਿਬ ਪੂਰੀ, ਇਧਰ ਰੱਖੋ, ਮੇਰੇ ਕੱਦ ਤੋਂ ਤੇ ਕਦੇ ਉੱਚੀ ਆਉਂਦੀ ਆ। ਹਾਂ ਬਿਲਕੁਲ ਜੀ, ਬਿਲਕੁਲ। ਹਾਂਜੀ, ਤੇ ਬਾਕੀ ਠੰਡੀ ਧੀਰੀ ਇੰਨੀ ਜ਼ਿਆਦੀ, ਇਧਰ ਰੱਖੋ, ਇਹ ਨਹੀਂ ਕਿਤੇ ਲੱਤ ਮਾਰਨ ਦਾ ਵਿਚਾਰੀ ਕਰਮਾਲੀ ਨੂੰ ਪਤਾ ਹੀ ਨਹੀਂ ਤੇ। ਹਾਂ ਲਓ, ਇਧਰ ਰੱਖੋ, ਠੰਡੀ ਧੀਰੀ ਕਿੰਨੀ ਜ਼ਿਆਦੀ ਆ। ਹਾਂ ਦੇਖੋ ਜੀ, ਸੋ ਸੀਲੀਆਂ ਸੂਲੀਆਂ ਬਹੁਤ ਜ਼ਿਆਦੀਆਂ ਦੋਸਤੋ ਬੈਠ ਦੇ ਵਿੱਚ। ਸੋ ਨੋਕ ਵਾਲਾ ਥਾਣਾ, ਲੰਬੇ ਥਾਣਾ, ਠੀਕ ਆ ਜੀ, ਦੋਹਰਾ ਥਾਣਾ ਆਪਾਂ ਕਹਿ ਦਿੰਦੇ ਹਾਂ ਵੀ ਮੁੱਠੀ ਥਾਣਾ ਹੱਥੀ ਚਵਾਈ ਵਾਲਾ, ਤੇ ਬਹੁਤ ਚੰਗੀ ਸੋਹਣੀ ਵੰਡ ਵੁੰਡ ਤੇ ਲੱਗਾ, ਵੇਣ ਵੁਣ ਦੋ ਪਾਸੇ ਹਵਾਨੇ ਲੇਵੇ ਤੇ ਕਾਫੀ ਸੋਹਣੀ ਉਭਰੀ ਹੋਈ ਨਜ਼ਰ ਤੁਹਾਨੂੰ ਆ ਜਾਊਗੀ। ਸੋ ਮੋਟੀ ਵੇਣ, ਮਿਲਕ ਵੇਣ ਵੀ ਕਾਫੀ ਮੋਟੀ ਆ। ਇੱਕ ਸਾਈਡ ਤੋਂ ਮੈਂ ਤੁਹਾਨੂੰ ਉਧਰੋਂ ਦੋਸਤੋ ਦਿਖਾ ਦਿੰਦਾ ਇੱਕ ਵਾਰੀ, ਆ ਫੇਸ ਕੁਆਲਿਟੀ ਵੇਖ ਲਓ, ਆ ਦੇਖੋ ਜੀ। ਠੀਕ ਆ, ਨਿਸ਼ਾਨ ਸੂਆ ਦੂਜਾ ਦੱਸਿਆ? ਹਾਂਜੀ ਹਾਂਜੀ, ਦੂਜਾ ਜੀ। ਠੀਕ ਹੈ ਜੀ, ਲਓ ਦੋਸਤੋ ਦੂਜਾ ਸੂਆ, ਠੀਕ ਆ ਜੀ। ਸੋ ਤਿਆਰੀ ਵਾਲੀ ਆ ਦੋਸਤੋ, ਕੋਈ 2 ਦਿਨ ਕੋਈ 3 ਦਿਨ ਉੱਪਰ ਲੈ ਜਾਵੇ, ਮਿੱਥੇ ਸਮੇਂ ਦੇ ਅਨੁਸਾਰ ਕੋਈ 2 ਦਿਨ 3 ਦਿਨ ਪਸ਼ੂ ਕਈ ਉੱਪਰ ਵੀ ਲੈ ਜਾਂਦਾ, ਉਹ ਲੈ ਜਾਵੇ ਤੇ ਲੈ ਜਾਏ, ਠੀਕ ਆ ਜੀ। ਅਦਰਵਾਈਜ਼ ਦਿਨ ਜਿਹੜੇ ਆ ਉਹ ਕੰਪਲੀਟ ਕਰੀ ਬੈਠੀ ਆ। ਸੋ ਸੋਹਣੇ ਫੇਸ ਕੁਆਲਿਟੀ ਦੇ ਵਿੱਚ, ਸੋਹਣੇ ਸਰੀਰਕ ਬਣਤਰ ਦੇ ਵਿੱਚ, ਸੋਹਣੇ ਵੱਡੇ ਕੱਦ ਕਾਠ, ਚੰਗੇ, ਠੀਕ ਆ ਜੀ, ਵੱਡੇ ਢਾਂਚੇ ਦੇ ਵਿੱਚ ਇਹ ਬੈਡ ਆ, ਤੇ ਹਜੇ ਬਣੂਗੀ ਤਕਰੀਬਨ ਜੇਕਰ 2-4 ਦਿਨ ਵੀ ਕੱਢ ਗਈ। ਜੇ 2-3 ਦਿਨ ਕੱਢ ਗਈ ਸੰਧੂ ਸਾਹਿਬ, ਲੱਤਾਂ ਤੋਂ ਕਿੰਨੀ ਕਿੰਨੀ ਬਾਹਰ ਆ ਜਾਊ, ਇਧਰ ਕੋ ਢਿੱਲਾਂ ਕਿੰਨੀਆਂ ਹਾਲੇ ਦੇ ਕਾਫੀ ਹੈ। ਹਾਂ ਕਾਫੀ ਢਿੱਲ।
ਲੈ ਵੀ ਨਿਸ਼ਾਨ ਇੱਕ ਵਾਰੀ ਖੋਲ ਕੇ ਮਾੜਾ ਜਿਹਾ ਬਾਹਰ ਕੱਢ ਕੇ ਤੋਰ ਕੇ ਦਿਖਾਈਏ ਵੀਰ, ਲਿਆਓ ਜੀ। ਇੱਟਾਂ ਕਰਕੇ ਥੋੜਾ ਜਿਹਾ ਸਮਝ ਸਾਹਿਬ ਕਰਦੀ, ਬਾਕੀ ਪੱਧਰੇ ਥਾਂ ਤੋਰ ਕੇ ਵਿਖਾ ਦਾਂਗੇ ਆਪਾਂ ਬਾਹਰ ਕੱਢ ਕੇ। ਕੋਈ ਗੱਲ ਨੀ, ਹਾਂਜੀ ਲੈ ਥੋੜਾ 2 ਕਦਮ ਨਿਸ਼ਾਨ ਹੋਰ ਵੀ ਤੋਰ ਲਈ, ਬਾਹਰ ਹੀ ਕੱਢ ਲਈਏ ਸੰਤ ਸਾਹਿਬ। ਇੱਥੋਂ ਘੁਮਾ ਦੇ, ਉਹਨੇ ਇੱਥੇ ਅੰਦਰ 2 ਵਾਰੀ ਤੋਰ ਦਿਆ ਜਾਣ, ਖੁੱਲਾ ਤੋਰ ਦਿਆ, ਕੋਈ ਗੱਲ ਨੀ ਇੱਧਰ। ਲਿਆਓ ਜੀ ਵਿਰਲਾ ਵਿੱਥਾਂ ਦੋਸਤੋ, ਸਪੈਸ਼ਲ ਨੇ ਆਪਸੀ ਥਾਂ ਦੀਆਂ ਵਿਰਲਾਂ, ਵੰਡਾਂ ਚੰਗੀਆਂ ਨੇ। ਕਈ ਵਾਰ ਦੋਸਤੋ ਥੋੜ੍ਹੀ ਜਿਹੀ ਪੱਕੀ ਥਾਂ ਹੈ, ਠੀਕ ਹੈ ਜੀ, ਇੱਟਾਂ ਉੱਟਾਂ ਦੇ, ਕਈ ਵਾਰ ਪਸ਼ੂ ਘੱਟ, ਇੱਕ ਗੱਭਣ ਆ ਪਸ਼ੂ ਤਿਆਰੀ ਵਾਲਾ, ਠੀਕ ਹੈ ਜੀ, ਵਜਨ ਲੋਡ ਦੇ ਵਿੱਚ ਥੋੜ੍ਹਾ ਜਿਹਾ ਪੱਕੀ ਜਗ੍ਹਾ ਦੇ ਉੱਪਰ ਤੁਰਨ ਦੀ ਥੋੜ੍ਹੀ ਮੁਸ਼ਕਲ ਆਉਂਦੀ ਕਿਤੇ ਨਾ ਕਿਤੇ, ਠੀਕ ਹੈ। ਅੱਛਾ ਨਿਸ਼ਾਨ, ਬਾਕੀ ਵੀਰ ਤਿੱਪਣ ਭਰਾਉਣ ਭਰੂਣ ਹਾਂਜੀ ਹਾਂਜੀ, ਤਿੱਪਣ ਪੂਰੀ ਪਾਸ ਹੈ ਆਪਣੀ ਸੰਧੂ ਸਾਹਿਬ, ਪੋਲੀ ਬੜੀ ਹੈ ਵੈਸੇ ਕਰਮ ਵਾਲੇ ਤਿੱਪਣ ਦੇ ਵਿੱਚ ਵੀ, ਠੀਕ ਆ ਜੀ। ਹਾਂਜੀ ਤੇ ਨਿਸ਼ਾਨ ਲੈ ਦੇ ਕੀ ਕਰਦੇ ਹਾਂ, ਕਿੱਥੋਂ ਤੱਕ ਦੇ ਦਾਂਗੇ ਇਹ ਸੰਧੂ ਸਾਹਿਬ? ਆਪਾਂ ਮੁੱਲ ਦਾ ਕਰਦੇ 58,000 ਜੀ, ਹਾਂ 56,000 ਦੀ ਹਾਂ ਨਾ ਹੀ ਦੇ ਦਾਂਗੇ, 56,000 ਦੀ। ਹਾਂਜੀ ਠੀਕ ਆ ਵੀ, ਯੈਸ ਨੂੰ ਵਾਲੇ ਰੇਟ ਹੀ ਆ ਜਾਂ ਛੋਟ ਛੱਪੇ? ਕੋਈ ਨੀ, ਮੌਕੇ ਤੇ ਕਰ ਦਾਂਗੇ ਹੋਰ ਛੋਟ ਛੱਪੇ ਸੰਧੂ ਸਾਹਿਬ, ਕਰ ਦਿਓ ਜੇ। ਹਾਂਜੀ ਹਾਂਜੀ, ਆ ਪੱਕੇ ਥਾਂ ਕਰਕੇ ਥੋੜਾ ਜਿਹਾ ਕਰਦੀ ਤੁਰਨ ਤੋਂ, ਬਾਕੀ ਬਾਹਰ ਆਪਾਂ ਕੱਚੇ ਥਾਂ ਤੇ ਤੁਰ ਕੇ ਵਿਖਾਵਾਂਗੇ, ਬਿਲਕੁਲ ਪੱਧਰਾ ਤੁਰਦੀ ਹੈ ਕਰਮ। ਜ਼ਰੂਰ ਜੀ ਜ਼ਰੂਰ। ਹਾਂਜੀ ਲਓ ਵੀ ਦੋਸਤੋ, ਇਹ ਵਹਿੜ ਆ ਵੱਡੇ ਕੱਦ ਬੋਤ ਵਿੱਚ ਆ, ਰੇਟ ਪੜਤਾ ਤੁਹਾਨੂੰ ਦੱਸ ਦਿੱਤਾ, ਵਿੱਚੋਂ ਛੋਟ ਛਾਪਾ ਮੌਕੇ ਤੇ ਹੋ ਜਾਊਗਾ। ਇੱਕ ਸੈਕਿੰਡ ਨੰਬਰ ਤੇ ਇੱਕ ਸ਼ਾਹੀਵਾਲ ਵਹਿੜ ਤੁਹਾਨੂੰ ਦਿਖਾਉਣੇ ਆ, ਸ਼ਾਹੀਵਾਲ ਅੰਗ ਦੇ ਵਿੱਚ ਆ, ਥੋੜਾ ਜਿਹਾ ਕ੍ਰੋਸ ਅੰਗ ਵੀ ਤੁਸੀਂ ਕਹਿ ਸਕਦੇ ਜੇ ਵੀ ਸ਼ਾਹੀਵਾਲ ਦੇ ਵਿੱਚ ਕ੍ਰੋਸ ਆ। ਤੇ ਨਿਸ਼ਾਨ ਇਹਦਾ ਸੂਆ ਕਿੰਨਵਾਂ ਵੀਰ? ਇਹਦਾ ਸੂਆ ਹੀ ਤੀਜਾ ਤੇ ਤੀਸਰੇ ਸੂਬੇ ਆ। ਹਾਂਜੀ ਠੀਕ ਆ, ਦੇਣ ਇਹਦੇ ਕਿੰਨੇ ਕੁ ਤਕਰੀਬਨ ਹਜੇ ਬਾਕੀ? ਇਹ ਦਿਨ ਹਫ਼ਤਾ ਕੁ ਲੈ ਜੂਗੀ ਸੰਧੂ ਸਾਹਿਬ, ਠੀਕ ਆ। ਬਾਕੀ ਹੈਗੀ ਸ਼ਾਹੀਵਾਲ ਆ, ਇਹਦੀਆਂ ਜਿਹੜੀਆਂ ਸੀਲੀਆਂ ਉਹ ਐਚ ਫੜ ਗਈਆਂ ਇਧਰ, ਦੇਖੋ ਵੇਖ, ਕੋਈ ਲੱਤ ਮਾਰਦਾ ਇਹਨੂੰ ਵੀ ਕਰਮ ਵਾਲੀ ਨੂੰ ਨੀ ਪਤਾ, ਠੰਡੀ ਧੀਰੀ ਆ, ਨਹੀਂ ਤੇ ਸ਼ਾਹੀ ਵਾਲ ਥੱਲੇ ਇਦਾਂ ਬਹਿ ਨਹੀਂ ਸਕਦਾ। ਇਧਰ ਦੇਖੋ ਦੋਸਤੋ, ਨੋਰਮਲੀ ਕਈ ਵਾਰ ਪਿਓਰਿਟੀ ਦੇ ਵਿੱਚ ਜਿਹੜੀਆਂ ਸ਼ਾਹੀ ਵਾਲ ਹੁੰਦੀਆਂ ਨੇ, ਕਿਤੇ ਨਾ ਕਿਤੇ ਕੌੜ ਕੜੱਤਣ ਹੁੰਦੀ ਆ, ਅਲਕਤ ਮਨਾਉਂਦੀਆਂ ਨੇ। ਫਿਲਹਾਲ ਤੁਸੀਂ ਵੇਖੋਗੇ ਲਿਟਲ ਬਿਟ ਜਿਹੜਾ ਇਹਦੇ ਸ਼ਾਹੀ ਵਾਲ ਦੇ ਵਿੱਚ ਕਰੋਸ ਹੈਗਾ, ਠੀਕ ਆ ਜੀ, ਤੇ ਫਿਰ ਹਾਲ ਉਸੇ ਕਰਕੇ ਜਿਹੜੀ ਠੰਡੀ ਧੀਰੀ ਆ, ਸੀਲ ਸਲਾਗਾ, ਜਿੱਦਾਂ ਮਰਜ਼ੀ ਕੋਈ ਭੈਣ ਜਾਂ ਵੀਰ ਕੋਈ ਚਵਾਈ ਕਰ ਸਕਦਾ, ਕਿਉਂਕਿ ਧੀਰੀ ਹੈ, ਠੰਡੀ ਆ, ਮਿੱਠੀ ਆ। ਤੇ ਨਿਸ਼ਾਨ ਤੁਸੀਂ ਦੱਸਤਾ ਵੀ ਦਿਨ ਹਜੇ ਲੈ ਜੂਗੀ ਕੋਈ 5-7? ਹਾਂਜੀ ਹਾਂਜੀ, 5-7 ਦਿਨ ਖੜੂਗੀ ਸੰਧੂ ਸਾਹਿਬ, ਠੀਕ ਆ ਜੀ। ਹਾਂਜੀ, ਤੇ ਬਾਕੀ ਬਹਿਣਾਂ ਜਿਹੜੀਆਂ, ਚਲੋ ਜਿਹੜੀਆਂ ਗੱਭਣ ਬਹਿਣਾ, ਵੈਸੇ ਆਪਾਂ ਤਾਂ ਤਸੱਲੀ ਕਰਕੇ ਲੈ ਕੇ ਆਉਂਦੀਆਂ। ਹਾਂਜੀ ਹਾਂਜੀ ਵੀਰ ਜੀ, ਤੇ ਅੱਗੋਂ ਕੋਈ ਸੱਜਣ ਭੈਣ ਭਰਾ ਆਉਂਦਾ ਆਪਦੀ ਤਸੱਲੀ ਕਰਕੇ? ਹਾਂਜੀ, ਤਸੱਲੀ ਕਰਕੇ ਖੜੇ ਜੀ, ਆਪਣੀ ਤਿੱਪਣ ਦੀ ਪੂਰੀ ਤਸੱਲੀ ਹੋਊਗੀ, ਠੀਕ ਹੈ ਜੀ। ਹਾਂਜੀ, ਮਾੜੀ ਫੇਸ ਕੁਆਲਿਟੀ ਦਿਖਾਈ ਜਾਂਦੀ? ਹਾਂਜੀ, ਲਓ ਦੋਸਤੋ ਆਹ ਫੇਸ ਕੁਆਲਿਟੀ ਤੋਂ ਜੇ, ਠੀਕ ਹੈ, ਤੇ ਸੂਆ ਕੋਈ ਆਪਦੀ ਵੀਰ ਸਮਝ ਨਾਲ ਮੰਨ ਲਏ। ਵੈਸੇ ਇਹਦੇ ਚ ਥੋੜਾ ਜਿਹਾ ਕਿਤੇ ਨਾ ਕਿਤੇ ਰਾਠੀ ਦਾ ਕਰੋਸ ਆ, ਸ਼ਾਹੀਵਾਲ ਤੇ ਰਾਠੀ ਦਾ। ਹਾਂਜੀ ਹਾਂਜੀ, ਠੀਕ ਹੈ ਜੀ, ਤੇ ਤਾਂ ਕਰਕੇ ਸੀਲ ਸਲਾਗਾ, ਜਿੱਦਾਂ ਮਰਜ਼ੀ ਕੋਈ ਆਪਦੀ ਤਸੱਲੀ ਨਾਲ ਚੋ ਕੇ ਜਾਂ ਤਿੱਪ ਕੇ ਤਸੱਲੀ ਕਰ ਸਕਦਾ। ਇੱਕ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਾਣੂ ਵੀ ਦਿਖਾ ਦਈਏ, ਥਣ ਭਾਂਡਾ ਵੀ ਚੰਗਾ ਲੱਗਾ ਸੰਧੂ ਸਾਹਿਬ। ਹਾਂਜੀ ਹਾਂਜੀ, ਆ ਦੇਖੋ, ਠੀਕ ਆ, ਤੋਰ ਕੇ ਦਿਖਾ ਦਿੰਦੇ ਆ ਦੋਸਤੋ, ਲੰਬਾ ਚਲਾ ਕੇ ਤੁਹਾਨੂੰ ਦਿਖਾ ਦਿੰਦੇ ਆ। ਆ ਲਿਓ ਜੀ, ਐਨੂੰ ਨਿਸ਼ਾਨ ਲੰਮਾ ਤੋਰਦੇ ਆ।
ਲਓ ਜੀ ਠੀਕ ਆ। ਸੋ ਸੀਲਸਲਗ ਪੂਰੀ ਹੈ ਦੋਸਤੋ ਅਤੇ ਚੰਗੀ ਬੈਡ ਆ, ਬਹੁਤੇ ਵੀਰ ਡਿਮਾਂਡ ਰੱਖਦੇ ਆ ਵੀ ਸ਼ਾਹੀਵਾਲ ਦੇ ਵਿੱਚ, ਚਲੋ ਸ਼ਾਹੀਵਾਲ ਦੇ ਵਿੱਚ ਕਰੋਸ ਜਾਂ ਸ਼ਾਹੀਵਾਲ ਜਾਂ ਰਾਠੀ ਕਰੋਸ ਸ਼ਾਹੀਵਾਲ ਖਰੀਦਣ ਬੈਡਾਂ ਦੀ, ਫਿਲਹਾਲ ਤੁਸੀਂ ਹੱਥ ਪਾ ਸਕਦੇ ਜਾਂ ਢਿੱਲ ਢੁੱਲ ਕਾਫੀ ਆ। ਨੇਵਾ ਕਰਮ ਵਾਲੀ ਬਣਾਈ ਜਾਂਦੀ ਹੈ 5-7 ਦਿਨਾਂ ਦੇ ਵਿੱਚ, ਹੋਰ ਉਮੀਦ ਕਰਦੇ ਹਾਂ ਵੀ 5-7 ਦਿਨ ਜੇਕਰ ਕੱਢ ਗਈ ਬੜੀ ਸੰਧੂ ਸਾਹਿਬ ਬੈਡ ਢਿੱਲਾ ਢੁੱਲਾ ਕਾਫੀ ਹੱਲੇ ਇੱਧਰ ਦੇਖੋ ਠੀਕ ਆ। ਲੈ ਵੀ ਨਿਸ਼ਾਨ ਲੈਣ ਦੇਣ ਦੀ ਗੱਲ ਤੇ ਗੱਲ ਆ ਕੇ ਮੁੱਕਣੀ ਹੈ ਵੀ ਕਿੱਥੋਂ ਤੱਕ ਦੇ ਦਾਂਗੇ ਇਹਦਾ ਮੁੱਲ ਸੰਧੂ ਸਾਹਿਬ 47,000 ਕਰਦੇ ਆ, 45,000 ਦੀ ਹਾਣਾ ਦੇ ਦਾਂਗੇ 45 ਦੀ। ਹਾਂਜੀ ਠੀਕ ਹੈ ਜੀ, ਯੈਸ ਨੂੰ ਜੀ, ਬਾਕੀ ਵਿੱਚੋਂ ਛੋੜ ਛੱਪੇ ਕੋਈ ਨਹੀਂ, ਛੋੜ ਛੱਪੇ ਮੌਕੇ ਤੇ ਕਰਾਂਗੇ ਜ਼ਰੂਰ ਵੀਰ ਜੀ ਦੋਸਤੋ ਠੀਕ ਆ ਜੀ। ਹਾਂਜੀ ਤੇ ਇਹ ਰੇਟ ਪੜਤਾ ਭਰਾਵੋ, ਬਾਕੀ ਮੇਰਾ ਵੀਰ ਕੋਈ ਸੰਪਰਕ ਤੁਸੀਂ ਕਰ ਲਿਓ, ਜੋ ਵੀ ਵਿੱਚੋਂ ਬਣਦਾ ਸਰਦਾ ਮਾਨਤਾਨ ਹਰ ਵਾਰ ਕੀਤਾ ਜਾਂਦਾ, ਸੋ ਪਸ਼ੂ ਕੋਈ ਵੀ ਪਸੰਦ ਆਉਂਦਾ ਤੁਹਾਡਾ, ਜੋ ਵੀ ਰੇਟ ਤੁਹਾਨੂੰ ਫਾਈਨਲ ਕੀਤਾ ਜਾਊਗਾ, ਉਹਦੇ ਵਿੱਚ ਛੋੜ ਛੱਪੇ ਆ ਮਾਨਤਾਨ ਹੁੰਦੇ ਰਹਿੰਦੇ ਆ। ਇੱਕ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਇੱਕ ਬੈਡ ਦੋਸਤੋ ਦਿਖਾਉਣ ਜਾ ਰਹੇ ਹਾਂ ਲਾਸਟ ਦੇ ਵਿੱਚ, ਸੂਈ ਸਵਾਈ ਬੈਡ ਆ ਬਿਲਕੁਲ ਤਾਜ਼ੀ ਸੱਜਰ। ਅੱਛਾ ਨਿਸ਼ਾਨ ਇਹ ਤਾਂ ਇੱਕ ਸੂਆ ਦੱਸ ਦੇ ਵੀਰ ਕਿੰਨਾ ਹੋ ਗਈ, ਇਹਦਾ ਦੂਜਾ ਸੂਆ ਜੀ ਸੰਧੂ ਸਾਹਿਬ, ਤੇ ਦਿਨ ਅੱਜ ਕਿੰਨੇ ਹੋ ਗਏ? ਦਿਨ ਅੱਜ ਕੀ ਰਾਤੀ ਸੂਈ ਆ, ਪਹਿਲੀ ਚੁਆਈ ਸਵੇਰੇ ਹੋਈ ਜੀ ਇਹਦੀ ਆਪਣੇ ਕੋਲ ਘਰੇ ਇੱਥੇ। ਹਾਂਜੀ ਹਾਂਜੀ ਮਹਾਰਾਜ। ਲਓ ਦੋਸਤੋ ਇੱਥੇ ਬਿਲਕੁਲ ਵੀਰਾਂ ਦਾ ਵੀ ਆਪਣੇ ਕਿੱਲੇ ਤੇ ਸੂਈ ਆ, ਤੇ ਪਹਿਲੀ ਚੁਆਈ ਰਾਤੀ ਇਹਦੀ, ਪਹਿਲੀ ਚੁਆਈ ਸਵੇਰ ਮਾਰਨਿੰਗ ਦੂਜੀ। ਹਾਂਜੀ ਹਾਂਜੀ ਠੀਕ ਆ ਜੀ। ਹੁਣ ਤੀਜੀ ਚੁਆਈ ਹੋਊਗੀ ਸ਼ਾਮੀ? ਹਾਂਜੀ ਸ਼ਾਮੀ ਹੋਊਗੀ ਤੀਜੀ ਚੁਆਈ। ਠੀਕ ਆ, ਬੱਚਾ ਮਗਰ ਕੀ ਇਹਦੇ? ਬੱਚਾ ਹੀ ਬੱਚਾ ਇਹਦੇ ਪਿੱਛੇ। ਲਓ ਜੀ ਮਗਰ ਬੱਚਾ, ਆਹ ਦੇਖੋ ਇਹ ਮਗਰ ਬੱਚਾ ਦੋਸਤੋ ਇਸ ਬੈਡ ਦੇ। ਅੱਛਾ ਨਿਸ਼ਾਨ ਬੌਲੇ ਦੀ ਗੱਲ ਕਰ ਲਈਏ, ਤੇ ਬੌਲੇ ਤੋਂ ਅੱਜ ਸਾਫ਼ ਸ਼ਾਮੀ ਹੋਊਗੀ ਫਿਰ? ਹਾਂਜੀ ਸਾਫ਼ ਸ਼ਾਮੀ ਹੋਊਗੀ ਸੰਧੂ ਸਾਹਿਬ। ਠੀਕ ਆ ਜੀ, ਬਾਕੀ ਦੁੱਧ ਕਰਮ ਵਾਲੀ 14 ਕਿਲੋ ਚਵਾਦੂ, 13-14 ਕਿਲੋ। ਠੀਕ ਆ ਜੀ ਹਾਂਜੀ, ਉਹ ਲੰਮੀ ਲੰਮੀ ਦਾ ਵਾਹਵਾ ਹੈ। ਹਾਂਜੀ ਲਓ ਦੋਸਤੋ ਠੀਕ ਆ ਜੀ, ਵੇਲ ਵੂਲ ਦੀ ਸਪੈਸ਼ਲ ਆ, ਬਾਕੀ ਸੂ ਦੇ ਵਿੱਚ ਆਈ ਆ, ਕੱਲ ਸੂਈ ਹੈ ਜਿੱਦਾਂ ਨੋਰਮਲੀ ਤੁਹਾਨੂੰ ਦੱਸਦਾ, ਇੱਕ ਵੀ ਪਸ਼ੂ ਸੂਣ ਤੋਂ ਬਾਅਦ ਦੋਸਤੋ ਤੈਅ ਜੀ ਲਾ ਜਾਂਦਾ। ਠੀਕ ਆ ਜੀ ਹਾਂਜੀ ਹਾਂਜੀ, ਪੜੇ ਪੜੇ ਨਵਾਇਆ ਕਰਮ ਵਾਲੀ ਹੌਲੀ ਹੌਲੀ ਚੁੱਕ ਜੂਗੀ, ਫਿਲਹਾਲ ਤਾਜ਼ੀ ਸੱਜਰ ਸੂਈ ਠੰਡੀ ਧੀਰੀ ਹੈ ਵੀ ਸੰਧੂ ਸਾਹਿਬ ਬੜੀ ਇੱਧਰ ਦੇਖੋ। ਆਹ ਲਓ ਜੀ ਲੈ ਵੀ ਦੋਸਤੋ ਠੀਕ ਆ, ਸੋ ਥਾਣ ਤੁਹਾਨੂੰ ਪੂਰਾ ਹੱਥੀ ਚਵਾਈ ਵਾਲਾ ਵੀਰੋ, ਅਤੇ ਮੁੱਠੀ ਥਾਣ ਆ, ਵੰਡ ਵੁੰਡ ਤੁਸੀਂ ਆ ਵੇਖ ਸਕਦੇ ਜੀ, ਅਗਲੇ ਪਿਛਲੇ ਥਣਾਂ ਦੀ ਕੋਈ 3-3, 4-4 ਇੰਚ ਤੇ ਥਣ ਲੱਗਾ, ਬਦਾਮੀ ਰੰਗ ਦੇ ਵਿੱਚ ਆ ਮੋਸਟਲੀ ਆਪਾਂ ਦੇਖਦੇ ਹਾਂ ਇਸੇ ਰੰਗ ਪ੍ਰਿੰਟ ਦੇ ਵਿੱਚ ਬੈੜਾ, ਅਤੇ ਬਦਾਮੀ ਕਲਰ ਦੇ ਵਿੱਚ ਮਗਰ ਬੱਛਾ, ਸੋ ਬੌਲੇ 'ਤੇ ਚੱਲ ਰਹੀ ਆ ਆਪਣੀ, ਕੋਈ ਤਸੱਲੀ ਕਰ ਸਕਦਾ ਭਰਾ। ਅੱਛਾ ਨਿਸ਼ਾਨ ਇਹਦੀ ਡਿਮਾਂਡ, ਇਹਦੀ ਦਿਮਾਗ ਸੰਧੂ ਸਾਹਿਬ 36,000 ਰੁਪਇਆ, 36,000 ਤੇ 35,000 ਦੀ ਇਹ ਦੇ ਦਾਂਗੇ ਯੈਸ ਨੂੰ ਜੀ। ਹਾਂਜੀ ਠੀਕ ਹੈ ਜੀ ਹਾਂਜੀ, ਉਹ ਦੋਸਤੋ 36,000 ਮੰਗ ਆ, ਅਤੇ ਲੈਣ ਦੇਣ ਵਾਲੀ ਜਿਹੜੀ ਗੱਲਬਾਤ ਆ ਉਹ 35,000 ਆ। ਠੀਕ ਆ ਜੀ, 35,000 ਦੇ ਵਿੱਚ ਠੰਡੀ ਤੀਰੀਆ ਮੰਗਾ ਪਾਵੇ ਕੋਈ ਨਾ ਪਾਵੇ ਆਪਦੀ ਮਰਜ਼ੀ ਆ ਸੰਧੂ ਸਾਹਿਬ। ਠੀਕ ਹੈ ਜੀ, ਇਹ ਦੇਖੋ ਸੀਲ ਸਲਾਕ ਬੜੀ ਆ। ਠੀਕ ਹੈ ਜੀ, ਲਓ ਦੋਸਤੋ ਇਹ 35,000 ਦੇ ਵਿੱਚ ਤੁਹਾਨੂੰ ਮਿਲ ਜੂਗੀ ਜਰਸੀ ਬਰੀਡ ਦੇ ਵਿੱਚ ਬੈਡ ਆ। ਬਾਕੀ ਆਹ ਫੇਸ ਕੁਆਲਿਟੀ ਇੱਕ ਵਾਰੀ ਥੋੜ੍ਹੀ ਜਿਹਾ ਹੋਰ ਤੁਹਾਨੂੰ ਦਿਖਾ ਦਿੰਦੇ ਆਪਾਂ ਨੇੜੇ ਤੋਂ, ਬੂਥੀ ਵਾਲੀ ਆ ਬਿਲਕੁਲ ਛੋਟੀ ਜਿਹੀ ਬੂਥੀ, ਛੋਟੇ ਸਮਾਲ ਸਾਈਜ਼ ਕਾਨਾ। ਠੀਕ ਆ, ਅਤੇ ਦੁੱਧ ਨੋਰਮਲੀ ਚੰਗਾ ਚਵਾ ਦੂਗੀ, ਚੰਗੀ ਸੇਵਾ ਅਤੇ ਚੰਗਾ ਦੁੱਧ ਤੁਸੀਂ ਲੈ ਸਕਦੇ ਜੀ। 35,000 ਯੈਸ ਨੋ ਆ। ਠੀਕ ਆ ਨਿਸ਼ਾਨ, ਇੱਕ ਨੰਬਰ ਬੋਲ ਦਈਏ ਵੀਰ ਆਪਣੇ, ਨੰਬਰ ਆਪਣਾ 84-73-2006-16-9-86-68-035 ਜੀ। ਠੀਕ ਆ ਜੀ,
ਲਓ ਦੱਸੋ ਇਹ ਸਨ ਮੇਰੇ ਨਾਲ ਵੀਰ ਨਿਸ਼ਾਨ, ਪਸ਼ੂ ਵਪਾਰ ਦਾ ਕਿੱਤਾ ਵੀ ਹੈਗਾ ਨਾਲ ਦੀ ਨਾਲ, ਡੇਅਰੀ ਫਾਰਮਿੰਗ ਦੇ ਪਸ਼ੂ ਆਉਂਦੇ ਰਹਿੰਦੇ ਇਸ ਕਿੱਲੇ ਦੇ ਉੱਪਰ। ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ, ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈ ਲਿਓ। ਅੱਜ ਪਸ਼ੂ ਦਿਖਾਇਆ ਦੋਸਤੋ ਚੰਗੇ ਪਸ਼ੂ ਆ, ਠੀਕ ਆ ਜੀ, ਰੇਟ ਬਿਲਕੁਲ ਵਾਜਬ ਜਾਇਜ਼ ਰੇਟ ਤੋਂ ਵੱਡੀ ਬੈਡ ਦਿਖਾਈ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ, ਬਹੁਤ ਖੂਬਸੂਰਤ ਆ, ਤੁਸੀਂ ਹੱਥ ਪਾ ਸਕਦੇ ਜੇ, ਚੰਗੀ ਬੈਡ ਆ, ਰੇਟ ਵਾਜਬ ਜਾਇਜ਼ ਰੇਟ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।